हां जी, ये जेड़ा अपना एदा जेड़ा हैगा ना, एक तो हुंदी है ਤੁਸੀਂ ਕਿਸੇ ਲੌਜਿਕ ਨਾਲ ਕੋਈ ਕੰਮ ਕਰਦੇ ਹੈਗੇ ਹਨਾ ਜੀ, ਯੂ ਹੈਵ ਆਲ ਯੂਰ ਡਕਸ ਇਨ ਅ ਰੋ। ਕਈ ਇੱਕ ਹੁੰਦਾ ਵੀ ਉਂਝੋਂ ਜੋਸ਼ ਦੇ ਵਿੱਚ ਆ ਕੇ, ਆਪਣੇ ਪੰਜਾਬੀ ਮਸ਼ਹੂਰ ਹੈਗੇ ਆ ਜੀ, ਜੋਸ਼ ਦੇ ਵਿੱਚ ਆ ਕੇ, ਖਰੋਸ਼ ਦੇ ਵਿੱਚ ਆ ਕੇ, ਚਲੋ ਜੀ ਇੱਕ ਜਿੱਧਰ ਨੂੰ ਜਾਂਦਾ ਬੰਦਾ ਉਧਰ ਨੂੰ ਤੁਰ ਪੋ ਜੀ। ਬਾਬਾ ਸੂਤ ਸਿੰਘ ਦੇ ਇੰਟੈਂਸ਼ਨ ਸਹੀ ਆ, ਬਟ ਉਹਦੇ ਪਿੱਛੇ ਕੋਈ ਲੀਗਲ ਜਿਹੜਾ ਐਲੀਮੈਂਟ ਕੰਮ ਕਰ ਰਿਹਾ, ਕੋਈ ਬੰਦਾ ਜਿਹੜਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਹੋਵੇ, ਇਜ਼ ਹੀ ਵਰਕਿੰਗ ਵਿਦ ਬਾਬਾ ਸੂਤ ਸਿੰਘ। ਠੀਕ ਹੈ ਜੀ, ਜਿਹੜੀ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ, ਜਿਹੜੀ ਪੰਜਾਬ ਪੁਲਿਸ ਦੇ ਵਿੱਚ ਮਤਲਬ ਪੰਜਾਬ ਸਰਕਾਰ ਦੀਆਂ ਨਲਾਕੀਆਂ ਹੋਣਗੀਆਂ, ਜਿਹੜਾ ਬੰਦਾ ਉੱਥੇ ਪਹੁੰਚਿਆ ਹੈਗਾ ਬਾਪੂ ਸੂਤ ਸਿੰਘ ਦੇ ਘਰ ਹੈ ਨਾ, ਐਸ ਐਸ ਪੀ ਹੈ ਜਿਹੜਾ ਰਵਚਰਨ ਬਰਾੜ, ਉਹ ਬੰਦਾ ਲਾਅ ਗ੍ਰੈਜੂਏਟ ਆ ਹੁਣ, ਬਿਕੋਜ਼ ਉਹਨੂੰ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਲਾਅ ਦੇ ਵਿੱਚ ਰਹਿ ਕੇ। ਸੋ ਇਹ ਜਿਹੜੀਆਂ ਜਿਹੜੀਆਂ ਜੋਸ਼ੋ ਖਰੋਸ਼ ਨਾਲ ਗੱਲਾਂ ਕਰਨੀਆਂ, ਉਹ ਕੋਈ ਮਤਲਬ ਆਪਾਂ ਉਹਦੇ ਨਤੀਜੇ ਵਧੀਆ ਨਹੀਂ ਨਿਕਲਦੇ ਹੈਗੇ। ਇਮੋਸ਼ਨੈਲਿਟੀ ਇਜ਼ ਅ ਡਿਜ਼ੀਜ਼। ਜੇ ਤੁਸੀਂ ਕਰਨਾ ਹੀ ਆ ਕੁਛ, ਪਹੁੰਚਾਂਗੇ ਤਾਂ ਆਪਾਂ, ਜੇ ਕਿਸੇ ਉਹਦੇ ਨਾਲ ਚੱਲਾਂਗੇ। ਕੀ ਇਹਨਾਂ ਨੇ ਹਲੇ ਤੱਕ ਖਰੜਾ ਤਿਆਰ ਕਰ ਲਿਆ? ਕੋਈ ਇਹਨਾਂ ਦਾ ਵਕੀਲ ਹੈਗਾ ਜਿਹਨੇ ਇਹਨਾਂ ਨੂੰ ਕਿਹਾ ਕਿ ਵੀ ਆਹ ਬੰਦੇ ਰਿਹਾ ਹੋ ਸਕਦੇ, ਆਹ ਨਹੀਂ ਹੋ ਸਕਦੇ? ਪਹਿਲਾਂ ਤਾਂ ਇਹੀ ਡਿਸਾਈਡ ਕਰਨ ਵਾਲਾ ਫੈਕਟਰ ਹੈਗਾ, ਕਿਉਂਕਿ ਆਪਾਂ ਕਰਦੇ ਹਾਂ, ਆਪਾਂ ਟਾਈਮ ਵੇਸਟ ਕਰ ਰਹੇ ਹਾਂ। ਆਪਾਂ ਨੂੰ ਕਿਉਂ ਪਹਿਲਾਂ ਕੋਈ ਲੀਗਲ ਐਲੀਮੈਂਟ ਵਿੱਚ ਪਾ ਕੇ ਉਹਦੇ ਨਾਲ ਤੁਰਨਾ ਚਾਹੀਦਾ? ਜੇ ਤੁਸੀਂ ਚਾਹੁੰਦੇ ਹੋ ਬੈਟਰ ਰਿਜ਼ਲਟ, ਜੇ ਤਾਮਿਲਨਾਡੂ ਦੇ ਆ ਸਕਦੇ, ਪੰਜਾਬ ਦੇ ਵੀ ਆ ਸਕਦੇ ਆ। ਬਿਲਕੁਲ, ਬਹੁਤ ਵੈਲਿਡ ਪੁਆਇੰਟ ਹੈ ਤੁਹਾਡਾ। ਮੇਰੇ ਹਿਸਾਬ ਨਾਲ ਇਹ ਮਸਲਾ ਜਿਸ ਤਰੀਕੇ ਨਾਲ ਪੰਜਾਬ ਪਹਿਲਾਂ ਤੇ ਪੰਜਾਬ ਸਰਕਾਰ ਨੂੰ ਜਿਸ ਤਰੀਕੇ ਨਾਲ ਇਹ ਮਸਲਾ ਚੁੱਕਣਾ ਚਾਹੀਦਾ ਸੀ, ਉਹ ਨਹੀਂ ਚੁੱਕਿਆ ਗਿਆ। ਦੂਸਰਾ, ਜਿਹੜੇ ਐਲੀਮੈਂਟਸ, ਜਿਹੜੀ ਸੰਘਰਸ਼ ਕਮੇਟੀ ਬਣੀ ਆ, ਉਹਨਾਂ ਦਾ ਸਾਰਾ ਜ਼ੋਰ ਜਿਹੜਾ ਵਾ ਸੰਘਰਸ਼ 'ਤੇ ਆ, ਉਹਨਾਂ ਦਾ ਸਾਰਾ ਜ਼ੋਰ ਮੁਜ਼ਾਹਰਿਆਂ 'ਤੇ ਆ, ਔਰ ਸਾਰਾ ਜ਼ੋਰ ਸੂਰਜ ਸਿੰਘ ਖਾਲਸਾ ਦੇ ਪਿੱਛੇ ਲੱਗਣ 'ਤੇ ਆ। ਇਸ ਭਾਵੇਂ ਇਹ ਉਹਨਾਂ ਦੀ ਮਰਜ਼ੀ ਆ ਜੇ ਇਸ ਤਰ੍ਹਾਂ ਕਰਨਾ ਚਾਹੁੰਦੇ, ਲੇਕਿਨ ਇਹਦੇ ਨਾਲ ਨਾਲ ਜੋ ਤੁਸੀਂ ਕਿਹਾ ਵਾ ਕਿ ਇੱਕ ਕਾਨੂੰਨੀ ਖਰੜਾ ਤਿਆਰ ਕਰਕੇ, ਮੇਰੇ ਖਿਆਲ ਨਾਲ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਤੋਂ ਦੁਬਾਰਾ ਐਪਲੀਕੇਸ਼ਨ ਦੇਣੀ ਚਾਹੀਦੀ ਆ ਵੀ ਇੱਥੇ ਸਿਚੁਏਸ਼ਨ ਐਕਸਪਲੋਸਿਵ ਹੋ ਸਕਦੀ ਆ, ਇਹ ਮਸਲੇ 'ਤੇ ਪਲੀਜ਼ ਫੈਸਲਾ ਲਓ। ਇਹਦੇ 'ਤੇ ਸਾਡੀ ਸਿਫਾਰਿਸ਼ ਇਹ ਆ, ਇਹਦੇ ਆਹ ਵੱਖਰੇ ਵੱਖਰੇ ਪਹਿਲੂ ਨੇ।